ਲਗਾਤਾਰ ਗਰਮੀ ਵਧਣ ਕਾਰਨ ਕਈ ਵੱਡੇ ਹਾਦਸੇ ਸਾਹਮਣੇ ਆ ਰਹੇ ਨੇ। ਲਗਾਤਾਰ ਗੱਡੀਆਂ ਦੀ ਅਚਾਨਕ ਅੱਗ ਲੱਗ ਜਾ ਰਹੀ ਹੈ। ਇੱਕ ਹੋਰ ਮਾਮਲਾ ਚੰਡੀਗੜ੍ਹ ਦੇ ਸੈਕਟਰ 27 ਦਾ ਸਾਹਮਣੇ ਆਇਆ, ਜਿਹਦੇ ਵਿੱਚ ਇੱਕ ਫੋਰਡ ਆਈਕਨ ਗੱਡੀ ਅਚਾਨਕ ਚਲਦੇ ਚਲਦੇ ਉਹਦੇ ਵਿੱਚ ਅੱਗ ਲੱਗ ਜਾਂਦੀ ਹੈ। ਹਾਲਾਂਕਿ ਕਾਰਨ ਕੀ ਹੈ ਹਜੇ ਤੱਕ ਪਤਾ ਨਹੀਂ ਲੱਗ ਪਾਇਆ, ਲੇਕਿਨ ਮੌਕੇ ਤੇ ਦਮਕਲ ਦੀ ਗੱਡੀਆਂ ਪਹੁੰਚਦੀਆਂ ਤੇ ਕਾਬੂ ਪਾਇਆ ਜਾਂਦਾ। ਹਾਲਾਂਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਨਾਲ ਦੇ ਨਾਲ ਹੀ ਜਿਹੜਾ ਡਰਾਈਵਰ ਸੀਗਾ ਉਹਨੇ ਬਾਹਰ ਨਿਕਲ ਕੇ ਆਪਣੀ ਜਾਨ ਬਚਾਈ। ਲੇਕਿਨ ਇਸ ਤਰ੍ਹਾਂ ਦੀ ਚੀਜ਼ਾਂ ਲਗਾਤਾਰ ਸਾਹਮਣੇ ਆ ਰਹੀ ਹੈ। ਲੋਕਾਂ ਨੂੰ ਬਹੁਤ ਹੀ ਜ਼ਰੂਰੀ ਹੈ ਇਤਿਹਾਤ ਵਰਤਣਾ। ਉਹ ਆਖਿਰ ਗੱਡੀਆਂ ਤੇ ਅੱਗ ਲੱਗਦੀ ਕਿਉਂ ਹੈ? ਕਿਉਂਕਿ ਇੱਕ ਤਾਂ ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈ, ਹੀਟ ਜਿਹੜਾ ਬਹੁਤ ਜ਼ਿਆਦਾ, ਔਰ ਗੱਡੀਆਂ 'ਚ ਜਿਹੜੀ ਐਕਸਟਰਾ ਐਸੈਸਰੀਜ਼ ਲਾਈ ਜਾਂਦੀ ਹੈ, ਜਿਹੜੇ ਐਕਸਪਰਟਸ ਕਹਿੰਦੇ ਨੇ ਕਿ ਗੱਡੀਆਂ ਦੇ ਵਿੱਚ ਐਕਸਟਰਾ ਜਿਹੜੀ ਲਾਈਟਸ ਹੋ ਗਈ ਜਾਂ ਹੌਰਨ ਹੋ ਗਏ, ਉਹਨਾਂ ਦੀ ਜਿਹੜੀ ਵਾਇਰਿੰਗ ਹੁੰਦੀ ਹੈ ਉਹ ਬਹੁਤ ਖਤਰਨਾਕ ਹੈ, ਕਿਉਂਕਿ ਪ੍ਰੋਪਰ ਉਹਨਾਂ ਦੀ ਟੇਪਿੰਗ ਨਹੀਂ ਹੁੰਦੀ, ਜਿਸ ਕਰਕੇ ਸ਼ਾਰਟ ਸਰਕਟ ਹੁੰਦਾ। ਕਿਉਂਕਿ ਗਰਮੀ ਦਾ ਬਹੁਤ ਜ਼ਿਆਦਾ ਦੇਖਣ ਨੂੰ ਮਿਲ ਰਿਹਾ, ਇਸ ਕਰਕੇ ਗੱਡੀਆਂ ਦੇ ਵਿੱਚ ਅੱਗ ਲੱਗ ਰਹੀ ਹੈ, ਔਰ ਖਾਸ ਤੌਰ ਤੇ ਜਿਹੜੀ ਪੈਟਰੋਲ ਦੀ ਗੱਡੀਆਂ ਹੁੰਦੀਆਂ। ਹਾਲਾਂਕਿ ਇਹ ਗੱਡੀ ਤਸਵੀਰਾਂ ਤੁਸੀਂ ਵੇਖੋ ਕਿ ਪੂਰੀ ਗੱਡੀ ਜਲ ਕੇ ਸਵਾਹ ਹੋ ਗਈ। ਹਾਲਾਂਕਿ ਕੋਈ ਜਾਨੀ ਨੁਕਸਾਨ ਦੀ ਖਬਰ ਨਹੀਂ ਹੈ, ਔਰ ਇਸ ਤਰ੍ਹਾਂ ਦੀ ਜਿਹੜੀ ਲਗਾਤਾਰ ਇਸ ਤਰ੍ਹਾਂ ਦੀ ਘਟਨਾਵਾਂ ਸਾਹਮਣੇ ਆ ਰਹੀਆਂ। ਜੋ ਜ਼ਰੂਰੀ ਹੈ ਇਤਿਹਾਤ ਵਰਤਣਾ ਕਿ ਗੱਡੀ ਨੂੰ, ਖੜੀ ਗੱਡੀ ਨੂੰ ਜ਼ਿਆਦਾਤਰ ਪਹਿਲਾਂ ਏਸੀ ਜਿਹੜਾ ਹੈਗਾ ਜੇਕਰ ਤੁਸੀਂ ਲਾ ਰਹੇ ਹੋ ਤਾਂ ਬੜਾ ਧਿਆਨ ਨਾਲ, ਔਰ ਕੋਈ ਐਕਸਟਰਾ ਐਸੈਸਰੀ ਤੁਸੀਂ ਲਾਈ ਹੋਈ ਹੈ ਤਾਂ ਉਹ ਵੀ ਜਿਹੜੀ ਪੂਰੀ ਪ੍ਰੋਪਰ ਟੇਪਿੰਗ ਜਾਂ ਪ੍ਰੋਪਰ ਜਿਹੜੀ ਹੈ ਉਹ ਚੀਜ਼ਾਂ ਜ਼ਰੂਰ ਦੇਖਣੀ ਹੋਵੇ। ਲਗਾਤਾਰ ਗਰਮੀ ਵਧਣ ਕਾਰਨ ਕਈ ਵੱਡੇ ਹਾਦਸੇ ਸਾਹਮਣੇ ਆ ਰਹੇ ਨੇ। ਲਗਾਤਾਰ ਗੱਡੀਆਂ ਦੀ ਅਚਾਨਕ ਅੱਗ ਲੱਗ ਜਾ ਰਹੀ ਹੈ। ਇੱਕ ਹੋਰ ਮਾਮਲਾ ਚੰਡੀਗੜ੍ਹ ਦੇ ਸੈਕਟਰ 27 ਦਾ ਸਾਹਮਣੇ ਆਇਆ, ਜਿਹਦੇ ਵਿੱਚ ਇੱਕ ਫੋਰਡ ਆਈਕਨ ਗੱਡੀ ਅਚਾਨਕ ਚਲਦੇ ਚਲਦੇ ਉਹਦੇ ਵਿੱਚ ਅੱਗ ਲੱਗ ਜਾਂਦੀ ਹੈ। ਹਾਲਾਂਕਿ ਕਾਰਨ ਕੀ ਹੈ ਹਜੇ ਤੱਕ ਪਤਾ ਨਹੀਂ ਲੱਗ ਪਾਇਆ, ਲੇਕਿਨ ਮੌਕੇ ਤੇ ਦਮਕਲ ਦੀ ਗੱਡੀਆਂ ਪਹੁੰਚਦੀਆਂ ਤੇ ਕਾਬੂ ਪਾਇਆ ਜਾਂਦਾ। ਹਾਲਾਂਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਨਾਲ ਦੇ ਨਾਲ ਹੀ ਜਿਹੜਾ ਡਰਾਈਵਰ ਸੀਗਾ ਉਹਨੇ ਬਾਹਰ ਨਿਕਲ ਕੇ ਆਪਣੀ ਜਾਨ ਬਚਾਈ। ਲੇਕਿਨ ਇਸ ਤਰ੍ਹਾਂ ਦੀ ਚੀਜ਼ਾਂ ਲਗਾਤਾਰ ਸਾਹਮਣੇ ਆ ਰਹੀ ਹੈ। ਲੋਕਾਂ ਨੂੰ ਬਹੁਤ ਹੀ ਜ਼ਰੂਰੀ ਹੈ ਇਤਿਹਾਤ ਵਰਤਣਾ। ਉਹ ਆਖਿਰ ਗੱਡੀਆਂ ਤੇ ਅੱਗ ਲੱਗਦੀ ਕਿਉਂ ਹੈ? ਕਿਉਂਕਿ ਇੱਕ ਤਾਂ ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈ, ਹੀਟ ਜਿਹੜਾ ਬਹੁਤ ਜ਼ਿਆਦਾ, ਔਰ ਗੱਡੀਆਂ 'ਚ ਜਿਹੜੀ ਐਕਸਟਰਾ ਐਸੈਸਰੀਜ਼ ਲਾਈ ਜਾਂਦੀ ਹੈ, ਜਿਹੜੇ ਐਕਸਪਰਟਸ ਕਹਿੰਦੇ ਨੇ ਕਿ ਗੱਡੀਆਂ ਦੇ ਵਿੱਚ ਐਕਸਟਰਾ ਜਿਹੜੀ ਲਾਈਟਸ ਹੋ ਗਈ ਜਾਂ ਹੌਰਨ ਹੋ ਗਏ, ਉਹਨਾਂ ਦੀ ਜਿਹੜੀ ਵਾਇਰਿੰਗ ਹੁੰਦੀ ਹੈ ਉਹ ਬਹੁਤ ਖਤਰਨਾਕ ਹੈ, ਕਿਉਂਕਿ ਪ੍ਰੋਪਰ ਉਹਨਾਂ ਦੀ ਟੇਪਿੰਗ ਨਹੀਂ ਹੁੰਦੀ, ਜਿਸ ਕਰਕੇ ਸ਼ਾਰਟ ਸਰਕਟ ਹੁੰਦਾ। ਕਿਉਂਕਿ ਗਰਮੀ ਦਾ ਬਹੁਤ ਜ਼ਿਆਦਾ ਦੇਖਣ ਨੂੰ ਮਿਲ ਰਿਹਾ, ਇਸ ਕਰਕੇ ਗੱਡੀਆਂ ਦੇ ਵਿੱਚ ਅੱਗ ਲੱਗ ਰਹੀ ਹੈ, ਔਰ ਖਾਸ ਤੌਰ ਤੇ ਜਿਹੜੀ ਪੈਟਰੋਲ ਦੀ ਗੱਡੀਆਂ ਹੁੰਦੀਆਂ। ਹਾਲਾਂਕਿ ਇਹ ਗੱਡੀ ਤਸਵੀਰਾਂ ਤੁਸੀਂ ਵੇਖੋ ਕਿ ਪੂਰੀ ਗੱਡੀ ਜਲ ਕੇ ਸਵਾਹ ਹੋ ਗਈ। ਹਾਲਾਂਕਿ ਕੋਈ ਜਾਨੀ ਨੁਕਸਾਨ ਦੀ ਖਬਰ ਨਹੀਂ ਹੈ, ਔਰ ਇਸ ਤਰ੍ਹਾਂ ਦੀ ਜਿਹੜੀ ਲਗਾਤਾਰ ਇਸ ਤਰ੍ਹਾਂ ਦੀ ਘਟਨਾਵਾਂ ਸਾਹਮਣੇ ਆ ਰਹੀਆਂ। ਜੋ ਜ਼ਰੂਰੀ ਹੈ ਇਤਿਹਾਤ ਵਰਤਣਾ ਕਿ ਗੱਡੀ ਨੂੰ, ਖੜੀ ਗੱਡੀ ਨੂੰ ਜ਼ਿਆਦਾਤਰ ਪਹਿਲਾਂ ਏਸੀ ਜਿਹੜਾ ਹੈਗਾ ਜੇਕਰ ਤੁਸੀਂ ਲਾ ਰਹੇ ਹੋ ਤਾਂ ਬੜਾ ਧਿਆਨ ਨਾਲ, ਔਰ ਕੋਈ ਐਕਸਟਰਾ ਐਸੈਸਰੀ ਤੁਸੀਂ ਲਾਈ ਹੋਈ ਹੈ ਤਾਂ ਉਹ ਵੀ ਜਿਹੜੀ ਪੂਰੀ ਪ੍ਰੋਪਰ ਟੇਪਿੰਗ ਜਾਂ ਪ੍ਰੋਪਰ ਜਿਹੜੀ ਹੈ ਉਹ ਚੀਜ਼ਾਂ ਜ਼ਰੂਰ ਦੇਖਣੀ ਹੋਵੇ। ਲਗਾਤਾਰ ਗਰਮੀ ਵਧਣ ਕਾਰਨ ਕਈ ਵੱਡੇ ਹਾਦਸੇ ਸਾਹਮਣੇ ਆ ਰਹੇ ਨੇ। ਲਗਾਤਾਰ ਗੱਡੀਆਂ ਦੀ ਅਚਾਨਕ ਅੱਗ ਲੱਗ ਜਾ ਰਹੀ ਹੈ। ਇੱਕ ਹੋਰ ਮਾਮਲਾ ਚੰਡੀਗੜ੍ਹ ਦੇ ਸੈਕਟਰ 27 ਦਾ ਸਾਹਮਣੇ ਆਇਆ, ਜਿਹਦੇ ਵਿੱਚ ਇੱਕ ਫੋਰਡ ਆਈਕਨ ਗੱਡੀ ਅਚਾਨਕ ਚਲਦੇ ਚਲਦੇ ਉਹਦੇ ਵਿੱਚ ਅੱਗ ਲੱਗ ਜਾਂਦੀ ਹੈ। ਹਾਲਾਂਕਿ ਕਾਰਨ ਕੀ ਹੈ ਹਜੇ ਤੱਕ ਪਤਾ ਨਹੀਂ ਲੱਗ ਪਾਇਆ, ਲੇਕਿਨ ਮੌਕੇ ਤੇ ਦਮਕਲ ਦੀ ਗੱਡੀਆਂ ਪਹੁੰਚਦੀਆਂ ਤੇ ਕਾਬੂ ਪਾਇਆ ਜਾਂਦਾ। ਹਾਲਾਂਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਨਾਲ ਦੇ ਨਾਲ ਹੀ ਜਿਹੜਾ ਡਰਾਈਵਰ ਸੀਗਾ ਉਹਨੇ ਬਾਹਰ ਨਿਕਲ ਕੇ ਆਪਣੀ ਜਾਨ ਬਚਾਈ। ਲੇਕਿਨ ਇਸ ਤਰ੍ਹਾਂ ਦੀ ਚੀਜ਼ਾਂ ਲਗਾਤਾਰ ਸਾਹਮਣੇ ਆ ਰਹੀ ਹੈ। ਲੋਕਾਂ ਨੂੰ ਬਹੁਤ ਹੀ ਜ਼ਰੂਰੀ ਹੈ ਇਤਿਹਾਤ ਵਰਤਣਾ। ਉਹ ਆਖਿਰ ਗੱਡੀਆਂ ਤੇ ਅੱਗ ਲੱਗਦੀ ਕਿਉਂ ਹੈ? ਕਿਉਂਕਿ ਇੱਕ ਤਾਂ ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈ, ਹੀਟ ਜਿਹੜਾ ਬਹੁਤ ਜ਼ਿਆਦਾ, ਔਰ ਗੱਡੀਆਂ 'ਚ ਜਿਹੜੀ ਐਕਸਟਰਾ ਐਸੈਸਰੀਜ਼ ਲਾਈ ਜਾਂਦੀ ਹੈ, ਜਿਹੜੇ ਐਕਸਪਰਟਸ ਕਹਿੰਦੇ ਨੇ ਕਿ ਗੱਡੀਆਂ ਦੇ ਵਿੱਚ ਐਕਸਟਰਾ ਜਿਹੜੀ ਲਾਈਟਸ ਹੋ ਗਈ ਜਾਂ ਹੌਰਨ ਹੋ ਗਏ, ਉਹਨਾਂ ਦੀ ਜਿਹੜੀ ਵਾਇਰਿੰਗ ਹੁੰਦੀ ਹੈ
ਉਹ ਬਹੁਤ ਖਤਰਨਾਕ ਹੈ ਕਿਉਂਕਿ ਪ੍ਰੋਪਰ ਉਹਨਾਂ ਦੀ ਟੇਪਿੰਗ ਨਹੀਂ ਹੁੰਦੀ, ਜਿਸ ਕਰਕੇ ਸ਼ਾਰਟ ਸਰਕਟ ਹੁੰਦਾ, ਕਿਉਂਕਿ ਗਰਮੀ ਦਾ ਬਹੁਤ ਜ਼ਿਆਦਾ ਦੇਖਣ ਨੂੰ ਮਿਲ ਰਿਹਾ, ਇਸ ਕਰਕੇ ਗੱਡੀਆਂ ਦੇ ਵਿੱਚ ਅੱਗ ਲੱਗ ਰਹੀ ਹੈ ਔਰ ਖਾਸ ਤੌਰ ਤੇ ਜਿਹੜੀ ਪੈਟਰੋਲ ਦੀ ਗੱਡੀਆਂ ਹੁੰਦੀਆਂ ਹੈ। ਹਾਲਾਂਕਿ ਇਹ ਗੱਡੀ ਤਸਵੀਰਾਂ ਤੁਸੀਂ ਵੇਖੋ ਕਿ ਪੂਰੀ ਗੱਡੀ ਜਲ ਕੇ ਸਵਾਹ ਹੋ ਗਈ, ਹਾਲਾਂਕਿ ਕੋਈ ਜਾਨੀ ਨੁਕਸਾਨ ਦੀ ਖਬਰ ਨਹੀਂ ਹੈ ਔਰ ਇਸ ਤਰ੍ਹਾਂ ਦੀ ਜਿਹੜੀ ਲਗਾਤਾਰ ਇਸ ਤਰ੍ਹਾਂ ਦੀ ਘਟਨਾਵਾਂ ਸਾਹਮਣੇ ਆ ਰਹੀਆਂ। ਜੋ ਜ਼ਰੂਰੀ ਹੈ ਇਤਿਹਾਦ ਵਰਤਣਾ ਕਿ ਗੱਡੀ ਨੂੰ, ਖੜੀ ਗੱਡੀ ਨੂੰ ਜ਼ਿਆਦਾਤਰ ਪਹਿਲਾਂ ਏਸੀ ਜਿਹੜਾ ਹੈਗਾ ਜੇਕਰ ਤੁਸੀਂ ਲਾ ਰਹੇ ਹੋ ਤਾਂ ਬੜਾ ਧਿਆਨ ਨਾਲ, ਔਰ ਕੋਈ ਐਕਸਟਰਾ ਐਸੈਸਰੀ ਤੁਸੀਂ ਲਾਈ ਹੋਈ ਹੈ ਤਾਂ ਉਹ ਵੀ ਜਿਹੜੀ ਪੂਰੀ ਪ੍ਰੋਪਰ ਟੇਪਿੰਗ ਜਾਂ ਪ੍ਰੋਪਰ ਜਿਹੜੀ ਹੈ ਉਹ ਚੀਜ਼ਾਂ ਜ਼ਰੂਰ ਦੇਖਣੀ ਹੋਵੇਗੀ।